ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਜਿਹੜਾ ਵੈੱਬ ਚੈਨਲ ਚਲਾਉਣ ਲੱਗੇ ਆ ਹੀਰਾ ਸਾਹਿਬ, ਉਸ ਲਈ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਮੈਂ ਪਹਿਰੇਦਾਰ ਅਖਬਾਰ ਬਹੁਤਾ ਪੜ੍ਹਿਆ ਨਹੀਂ, ਮੈਂ ਸੱਚ ਬੋਲਦਾ, ਗੁਰਦੁਆਰੇ ਦੀ ਹਜ਼ੂਰੀ 'ਚ ਆਪਾਂ ਖੜ੍ਹੇ ਹਾਂ। ਲੇਕਿਨ ਮੈਂ ਜਰਨਲਿਜ਼ਮ ਦੀ ਜਿੰਨੀ ਸਟੱਡੀ ਕੀਤੀ ਆ, ਉਸ ਦੇ ਬਾਰੇ ਦੋ ਚਾਰ ਗੱਲਾਂ ਸਿਰਫ ਜਿਹੜੇ ਇੱਥੇ ਬਹੁਤੇ ਆਏ ਜਰਨਲਿਸਟ ਆ ਉਹਨਾਂ ਨੂੰ ਕਨਵੇ ਕਰਨਾ ਚਾਹੁੰਦਾ ਕਿ ਕਿਸੇ ਅਖਬਾਰ ਦੀ, ਕਿਸੇ ਰੇਡੀਓ ਚੈਨਲ ਦੀ, ਕਿਸੇ ਟੀਵੀ ਚੈਨਲ ਦੀ ਪਕੜ ਕਿਸ ਤਰੀਕੇ ਨਾਲ ਵੱਧ ਸਕਦੀ ਆ ਲੋਕਾਂ ਦੇ ਉੱਤੇ, ਉਹਨਾਂ ਨੂੰ ਕੀ ਕਰਨਾ ਚਾਹੀਦਾ ਅਤੇ ਕਿਵੇਂ ਕਰਨਾ ਚਾਹੀਦਾ। ਪਿੱਛੇ ਜੇ ਤੁਸੀਂ ਸੁਣਿਆ ਹੋਣਾ, ਅਫਗਾਨਿਸਤਾਨ ਦੇ ਉੱਤੇ ਬਹੁਤ ਭਾਰੀ ਹਮਲਾ ਕੀਤਾ ਅਮੈਰੀਕਾ ਅਤੇ ਯੂਰਪ ਦੀਆਂ ਕੌਮਾਂ ਨੇ। ਤੂਆਂ ਤਾੜ ਫੌਜਾਂ ਭੇਜ ਦਿੱਤੀਆਂ, ਟੈਂਕ ਭੇਜ ਦਿੱਤੇ, ਜਹਾਜ਼ ਭੇਜ ਦਿੱਤੇ, ਹਜ਼ਾਰਾਂ ਲੱਖਾਂ ਕਲਮਾਂ ਨੇ ਇਰਾਕ ਨੂੰ ਕੰਡੈਮ ਕਰ ਦਿੱਤਾ, ਸਾਦਮ ਹੁਸੈਨ ਨੂੰ ਕੰਡੈਮ ਕਰ ਦਿੱਤਾ, ਉਹਨਾਂ ਦੇ ਕਲਚਰ ਨੂੰ ਕੰਡੈਮ ਕਰ ਦਿੱਤਾ, ਉਹਨਾਂ ਦੀਆਂ ਟ੍ਰੈਡੀਸ਼ਨਸ ਨੂੰ, ਉਹਨਾਂ ਦੀ ਧਰਮ ਨੂੰ। ਇੱਕ ਜਰਨਲਿਸਟ ਜਿਸਨੇ ਇੱਕ ਲਫ਼ਜ਼ ਕਹਿ ਕੇ ਸਾਰੀ ਚੀਜ਼ ਨੂੰ ਰਿਵਰਸ ਕਰ ਦਿੱਤਾ, ਦੇਖੋ ਉਸ ਆਦਮੀ ਦੀ ਕਮਾਲ। ਉਸ ਆਦਮੀ ਨੇ ਕੀ ਕਿਹਾ ਔਰ ਕੀ ਉਸ ਦਾ ਮੈਸੇਜ ਆ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਉਹ ਕਹਿਣ ਲੱਗਿਆ, ਮੈਂ ਪੰਜਾਬੀ 'ਚ ਦੱਸਦਾ, ਵੀ ਸਾਰਾ ਜਰਨਲਿਜ਼ਮ ਜੋ ਕੁਛ ਉਸ ਸੰਦਰਭ ਦੇ ਵਿੱਚ ਇਰਾਕ ਦੇ ਹਮਲੇ ਦੇ ਸਿਲਸਿਲੇ ਦੇ ਵਿੱਚ ਹੋਇਆ, ਉਹ ਬੈਡਿਡ ਜਰਨਲਿਜ਼ਮ ਆ। ਹੁਣ ਮੈਂ ਤੁਹਾਨੂੰ ਦੱਸਦਾ ਵੀ ਬੈਡਿਡ ਜਰਨਲਿਜ਼ਮ ਕੀ ਹੁੰਦਾ। ਬੈੱਡ ਦਾ ਮਤਲਬ ਮੰਜਾ ਹੁੰਦਾ, ਚਾਰਪਾਈ ਹੁੰਦਾ। ਬੈਡਿਡ ਤੋਂ ਮਤਲਬ ਆ ਇੱਕ ਪਰਾਈ ਔਰਤ, ਇੱਕ ਪਰਾਇਆ ਆਦਮੀ ਉਸ ਬੈੱਡ ਦੇ ਉੱਤੇ ਪੈ ਗਏ ਔਰ ਜੋ ਕੁਕਰਮ ਕੀਤਾ ਉਹ ਬੈਡਿਡ ਜਰਨਲਿਜ਼ਮ ਹੈ। ਉਸ ਬੰਦੇ ਨੇ ਇਸ ਤਰ੍ਹਾਂ ਦਾ ਸਿਰਲੇਖ ਦੇ ਕੇ ਸਾਰੀ ਦੀ ਸਾਰੀ ਜਿਹੜੀ ਵੈਸਟਰਨ ਜਰਨਲਿਜ਼ਮ ਆ ਉਸ ਨੂੰ ਪੰਕਚਰ ਕਰ ਦਿੱਤਾ। ਸ਼ਬਦ ਦੀ ਬਹੁਤ ਮਹਾਨਤਾ ਹੈ, ਬਹੁਤਾ ਲਿਖਣਾ, ਕਿਤਾਬਾਂ ਭਰਨੀਆਂ, ਬੜੇ ਬੜੇ ਗ੍ਰੰਥ ਲਿਖ ਦੇਣੇ, ਉਹਨਾਂ ਦੀ ਕੋਈ ਬਹੁਤੀ ਇੰਪੋਰਟੈਂਸ ਨਹੀਂ ਹੁੰਦੀ, ਕਿਸ ਤਰ੍ਹਾਂ ਨਹੀਂ ਹੁੰਦੀ। ਅੱਜ ਤੋਂ ਕਈ ਹਜ਼ਾਰਾਂ ਸਾਲ ਪਹਿਲਾਂ ਬੜੇ ਬੜੇ ਐਪਿਕ ਲਿਖੇ ਜਾਂਦੇ ਸੀ, ਬੜੇ ਬੜੇ ਗ੍ਰੰਥ ਲਿਖੇ ਜਾਂਦੇ ਸੀ। ਫਿਰ ਆਦਮੀ ਹੋਰ ਮਸ਼ਹੂਰ ਹੋ ਗਿਆ, ਕੰਮਾਂ ਕਾਰਾਂ ਵਿੱਚ ਲੱਗ ਗਿਆ, ਤਾਂ ਨਾਵਲਾਂ ਦਾ ਟਾਈਮ ਆ ਗਿਆ, 500 ਪੇਜ ਦਾ, 700 ਪੇਜ ਦਾ। ਫਿਰ ਉਸ ਤੋਂ ਬਾਅਦ ਆ ਗਿਆ ਸ਼ੋਰਟ ਸਟੋਰੀ ਦਾ ਟਾਈਮ। ਅੱਜ ਮੈਂ ਦੱਸਣਾ ਚਾਹੁੰਦਾ ਬੜੇ ਸਤਿਕਾਰਯੋਗ ਜਰਨਲਿਸਟਾਂ ਨੂੰ ਕਿ ਅੱਜ ਆਦਮੀ ਇੰਨਾ ਬਿਜ਼ੀ ਹੈ, ਅੱਜ ਆਦਮੀ ਇੰਨਾ ਮਸ਼ਹੂਰ ਹੈ ਕਿ ਉਸ ਨੂੰ ਸਾਰਾ ਅਖਬਾਰ ਪੜ੍ਹਨ ਦਾ ਟਾਈਮ ਨਹੀਂ ਹੈ। ਤਾਂ ਉਹ ਕਿੱਥੇ ਤੱਕ ਆ ਕੇ ਖੜ ਗਿਆ ਕਿ ਕਿਸੇ ਅਖਬਾਰ ਦੇ ਮੇਨ ਹੈਡਲਾਈਨਸ ਕੀ ਹਨ, ਬਸ ਇੰਨੀ ਕੀ ਗੱਲ ਹੈ। ਆਦਮੀ ਇੰਨਾ ਬਿਜ਼ੀ ਆ, ਇੰਨੀਆਂ ਉਹਦੀਆਂ ਓਕੂਪੇਸ਼ਨਸ ਹੈ, ਇੰਨੀਆਂ ਉਸਦੀਆਂ ਇਨਵੋਲਵਮੈਂਟਸ ਹੈਗੀਆਂ। ਜੇ ਤਾਂ ਅਖਬਾਰ ਦਾ ਹੈਡਿੰਗ ਸਹੀ ਹੈ ਔਰ ਉਸ ਪੜ੍ਹਨ ਵਾਲੇ ਦੀ ਆਤਮਾ ਨੂੰ ਝੰਜੋੜ ਰਿਹਾ ਹੈ ਤਾਂ ਉਹ ਦਿਲਚਸਪੀ ਰੱਖੇਗਾ ਕਿ ਮੈਂ ਅਖਬਾਰ ਨੂੰ ਪੜ੍ਹ ਲਵਾਂ। ਜੇ ਅਖਬਾਰ ਦਾ ਹੈਡਿੰਗ ਇਤਨਾ ਮੀਨਿੰਗਲੈਸ ਹੈ, ਜਿਹਦਾ ਕੋਈ ਮਤਲਬ ਨਹੀਂ ਸਿਵਾਏ ਲਫ਼ਜ਼ ਕਾਲੇ ਕੀਤੇ ਹੋਏ ਹਨ, ਤਾਂ ਉਹ ਅਖਬਾਰ ਨੂੰ ਇਹ ਚਲਾ ਕੇ ਮਾਰਦਾ, ਤਾਂ ਅਸੀਂ ਕੀ ਕਹਿੰਦੇ ਹਾਂ ਕਿ ਜਿਹੜਾ ਅਖਬਾਰ ਹੈ ਉਹ ਘੰਟੇ ਦੋ ਘੰਟੇ ਤੋਂ ਬਾਅਦ ਟੋਇਲਟ ਪੇਪਰ ਬਣ ਜਾਂਦਾ, ਵੇਸਟ ਪੇਪਰ ਬਣ ਜਾਂਦਾ। ਸੋ ਅੱਜ ਜ਼ਰੂਰਤ ਕੀ ਹੈ, ਕਿਉਂ ਹੈ, ਕਿਸ ਕਿਸਮ ਦੀ ਲਿਖਤ ਹੋਵੇ, ਮੇਰਾ ਮਤਲਬ ਤੁਹਾਡੇ ਨਾਲ ਗੱਲ ਕਰਨ ਦਾ ਇਹਨਾਂ ਮੁੱਦਿਆਂ ਦੇ ਉੱਤੇ ਹੈ। ਕੋਈ ਵੀ ਲਿਖੀ ਵੀ ਗੱਲ, ਕੋਈ ਵੀ ਕਹੀ ਵੀ ਗੱਲ, ਉਹਦੇ ਤਿੰਨ ਆਡੀਅੰਸ ਹੁੰਦੇ ਆ, ਤਿੰਨ ਕਿਸਮ ਦੇ ਉਸਦੇ ਸਰੋਤੇ ਹੁੰਦੇ ਆ। ਪਹਿਲਾ ਕਿਹੜਾ ਸਰੋਤਾ ਹੁੰਦਾ, ਜਿਹੜਾ ਉਸਦੇ ਆਪਣੇ ਪੁਆਇੰਟ ਆਫ ਵਿਊ ਦਾ ਹੀ ਹੋਵੇ। ਜਿਸ ਤਰ੍ਹਾਂ ਪਹਿਰੇਦਾਰ ਦਾ ਜਿਹੜਾ ਅਖਬਾਰ ਹੈ, ਜੋ ਮੈਂ ਸਮਝ ਸਕਿਆ, ਪਹਿਰੇਦਾਰ ਅਖਬਾਰ ਸਿੱਖ ਪੁਆਇੰਟ ਆਫ ਵਿਊ ਤੋਂ ਲਿਖ ਰਿਹਾ। ਇੱਕ ਤਾਂ ਸਿੱਖ ਆਡੀਅੰਸ ਹੋਏਗੀ, ਦੂਸਰੀ ਉਸਦੀ ਆਡੀਅੰਸ ਕੌਣ ਹੋਏਗੀ। ਜੇ ਸਿਰਫ ਉਹ ਸਿੱਖਾਂ ਤੱਕ ਹੀ ਮਹਿਦੂਦ ਹੈ ਤਾਂ ਅਖਬਾਰ ਸਹੀ ਮਾਇਨੇ ਦੇ ਵਿੱਚ ਅਖਬਾਰ ਨਹੀਂ ਹੈ। ਇੱਕ ਨਿਊਟਰਲ ਆਦਮੀ ਹੈ, ਨਾ ਉਹ ਸਿੱਖਾਂ ਦੇ ਨਾਲ ਆ, ਨਾ ਉਹ ਸਿੱਖਾਂ ਦਾ ਵਿਰੋਧੀ ਆ, ਵਿਚਾਲੇ ਜੇ ਖੜਾ। ਜੇ ਪਹਿਰੇਦਾਰ ਅਖਬਾਰ
या पहरेदार का वैब चैनल वह बचाले वाले बंदे नू अपने तरफ खरीद खिंच लियावे तां इसकी कामयाबी है। एक आदमी वह है जिहड़ा पहरेदार का मुखालिफ है, उहदा ओपोनेंट है, वह पहरेदार का नाम तक नहीं सुनना चाहता। जे पहरेदार दे विच ऐसी समर्था है, ऐसी काबिलियत है कि वह अपने मुखालिफ नू मजबूर कर दे कि वह पहरेदार का हैडिंग पढ़े, पहरेदार का कंटेंट पढ़े, पहरेदार का एनालिसिस पढ़े और फिर वह अपने दिल दे विच महसूस करे कि पहरेदार अखबार दे विच कोई तंत जरूर है पर मैं पहरेदार अखबार दे नाल लगना नहीं। उस नू अंदरूनी तौर दे उत्ते हेरा साहब मजबूर करना पएगा। तिन्ने ऑडियंस थोनू एड्रैस करनियां पैणगियां। मैं शब्द दी, लफज दी, वर्ड दी बड़ी इंपॉर्टेंस है, बड़ी सिग्निफिकेंस है पर बदकिस्मती दे नाल सिखने समझी नहीं। गुरु महाराज ने पहले पातशाह ने इक्को ही गल कही सी, एका एक कहता सी एक, फिर थोड़ी देर समझ आई कि जिन्हां लोकां नू एड्रैस किया वे लफज सी डिजिट सी वह लोगों ने तो समझे ही नहीं, गल उहदे च कंप्लीट आ। गुरु ग्रंथ की जरूरत नहीं सी लेकिन गुरु ने यह समझा भी जिन्हां नू समझाउणा एक दे नाल नहीं समझे उन्हां नू एकमकार भी कहना पएगा, मूल मंत्र भी कहना पएगा, जपजी साहब भी कहना पएगा, गुरु ग्रंथ भी देना पएगा और लोगों नू समझाउणा पएगा। मैं कई बारी गल करता हूं ध्यान देना, एक्सरसाइज माइंड की करनी है। गुरु नानक देव महाराज ने देखो गुरु नानक देव ने किन्हां नू एड्रैस किया, लतड़े हुए लोगों, पिछड़े हुए लोगों, जिन्हां ते जुल्म तशद्दुद हुंदा आ रहा सी हज़ारा साल तो, उन्होंने जिहड़ा लैणा सी कौन सी लैणा, गुरु नानक का फॉलोअर बन गया, गुरु नानक दे नाल संकल्प हो गया, उसका नाल इकमिक हो गया, विचारधारा दे विच आके लिपट गया। तो गुरु नानक ने लैणे का नाम क्यों बदलिया ते उहदा की नाम रखे, बड़ी गल इंपॉर्टेंट आ। लैणे का नाम कोई होर देवी दयाल भी रखा जा सकता सी, रामनंद भी रखा जा सकता सी, कोई होर भी रखा जा सकती, क्यों रखा अंगद, सिखां नू समझाउण दे लई भी ये मेरा अपना पार्ट एंड पार्सल आ। शब्द इक्को ही है, एक गल दे नाल बहुत सारी चीज़ छुपी हुई, बहुत सारी गल समझ आ सकती है लेकिन जे मैंटल एक्सरसाइज करनी होवे तां मैं हेरा साहब नू कहूँगा कि ऐसी लिखत लिखो जेड़ी तिन्ने रीडर्स नू सोचन लई विचार करन लई एक तरह एक्सरसाइज दे विच उलझा देन और वो समझते रहन सारा दिन, सारी रात सोचते रहन, सारा दिन विचार करते रहन एक की लिखिया, उसनू पढ़ के सिटन ना, उसनू पढ़ के अपनी छाती ना ला देन। इस किस्म की लिखत लिखोगे किसे सरकार की लोड़ नहीं रहनी, किसे होर इश्तहार की लोड़ नहीं रहनी, अपने आप अपने पैरों के उत्ते अखबार खड़ा हो जाएगा। मैं एक किताब लिख रहा सी जो ब्लू स्टार हुए, हुण मैं तुहानू की दसा बहुत सारिया गल्लां, अज तक सारे दे सारे सिख ऑपरेशन ब्लू स्टार कहिंदे आ, ओह भलिओ लोको ऑपरेशन उन्हां लई सी, थोड़े लई थोड़े सिखी दे दिल दे उत्ते अटैक सी, तुसी ऑपरेशन लफज नहीं छड्डणा, ओह उन्हां दा लफज आ ऑपरेशन। गल नू समझ लो, गल नू विचार लो। मैं चैप्टर लिखन लग्या जिहड़ी सारी घटनाक्रम जो घलूघारा होया तो उस दे विच मैं की लिखिया, मैं कहा अटैक ऑन द हार्ट ऑफ सिखिज़म, दरबार साहब सिखां दे दिलां दी धड़कन है, सिखी दरबार साहब सिखी आ, सिखी दे उत्ते सिखी दे दिल दे उत्ते दुश्मन ने अटैक कर दिता है ताकि सिखी नू तबाह किया जाए। जे दुश्मन नू तबाह करना उसके दिल नू पहले तोड़ना होंदा, उसके दिल नू तबाह करना होंदा। सारी दुनिया में एक गल समझ लो, जेडे ज्यूज है उन्होंने अपनी स्टेट किस तरह बनाई, 2700 साल उन्होंने उत्ते जुल्म तशद्दुद होया लेकिन उन्होंने जो देखिया कि दुनिया बदल रही है उन्होंने वैसटर्न कंट्रीज़ के जर्नलिज़म के उत्ते काबू कर लिया।
जिन्ने अखबार जिन्ने मीडिया के चैनल सी उन्हां विचों 80% अज वैस्टर्न वर्ल्ड दे विच ज्यूज दे कोल आ। अमेरिका की मजबूरी आ कि वह ज्यूज की मदद करे, क्योंकि जो भी कोई अमेरिकन प्रेजिडेंट इधर उधर होंदा तां सारी दे सारे जिहड़े टीवी चैनल आ, अखबार आ, मैगजीन आ, वह अपना एंगल बदल देंदे। उन्होंने एक एक गल कहने की जरूरत आ, तो वह प्रेजिडेंट चाहता होया कि मैं मुसलमानों की मदद करा तो वह कर नहीं सकता, क्योंकि उहदी जिहड़ी कंडी है, उहदी जिहड़ी नबस है, वह अखबारों के पई आ, वह टीवी चैनलों के उत्ते पई आ, रेडियो चैनलों के उत्ते पई आ। लिखे हुए शब्द की बहुत इंपॉर्टेंस आ, बार बार साडे गुरुआ ने शब्द की सिग्निफिकेंस, शब्द की इंपॉर्टेंस बाणी दे विच दसी है। तो मैं हीरा साहब नू अखीर विच है तो गल थोड़ी जी कौड़ी हुई, जे तो जान होएगी शब्द दे विच, लिखे हुए शब्द दे विच, या जिहड़ा चैनल चलाउण लगे हो इहदे च जान होएगी, किसी की सपोर्ट की लोड़ नहीं। झंझोड़ दो लोगों के मनों नू, लोगों के मनों विच एक खलबली पैदा कर दिओ, एक स्टर पैदा कर दिओ, लोग थोड़ा अखबार भी पढ़नगे, थोड़ी गल अपनी जिंदगी विच भी बसाउणगे, लोग अपने आप नू बदल भी लैणगे। तो किसी सपोर्ट की जरूरत नहीं, किसी दी गुड विशेज़ की लोड़ नहीं, किसी की ब्लैसिंग्स की लोड़ नहीं, किसी के इश्तहारां की लोड़ नहीं। अपनी कलम लिखे हुए शब्द दे विच ताकत पा दिओ और लिखिया हुआ शब्द अपनी जगह आप ही बना लेगा। धन्यवाद, वाहिगुरू जी का खालसा वाहिगुरू।